ਹਾਂ ਜੀ ਤਾਂ ਦੋਸਤੋ ਕਿਦਾਂ ਸਾਰੇ ਉਮੀਦ ਕਰਾਂਗਾ ਭਾਈ ਸਾਰੇ ਵਧੀਆ ਹੋਗੇ ਤੇ ਭਾਈ ਅੱਜ ਹਾਜ਼ਰ ਹੋਏ ਆ ਇੱਕ ਅਪਡੇਟ ਲੈ ਕੇ ਭਾਈ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਮਦਰ ਸਾਹਿਬ ਮਤਲਬ ਬੇਬੇ ਜਿਹੜੀ ਅੱਜ ਕੱਲ ਸਾਰਿਆਂ ਦੀ ਬੇਬੇ ਬਣ ਗਏ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਕਿ ਭਾਈ ਅੱਜ ਦੇ ਦਿਨ ਭਾਈ ਸਿੱਧੂ ਮੂਸੇਵਾਲੇ ਦਾ ਆਖਰੀ ਟਾਈਮ ਸੀ ਮਤਲਬ ਅੱਜ ਦੇ ਦਿਨ ਨੂੰ ਤਿਆਰ ਕੀਤਾ ਸੀ ਨਵਾਲਿਆ ਸੀ ਤਵਾਲਿਆ ਸੀ ਸਿੱਧੂ ਲਾ ਬਣਾਇਆ ਸੀ ਮਤਲਬ ਇਹ ਲੋਕਾਂ ਨੇ ਸਾਜ਼ਿਸ਼ਾਂ ਨੇ ਜਿਹੜੇ ਲੋਕ ਦੁਆਲੇ ਦੇ ਨੇ ਇੰਡਸਟਰੀ ਦੇ ਨੇ ਕੋ ਸਰਕਾਰਾਂ ਦੇ ਨੇ ਕੋ ਸਿਆਸਤ ਦੇ ਨੇ ਕੋ ਵੈਸੇ ਨੇ ਮਤਲਬ ਜਿਹੜੇ ਖਾਰਖਾਨੇ ਦੇ ਸੰ ਭਾਈ ਸਿੱਧੂ ਮੂਸੇਵਾਲੇ ਤੋਂ ਉਹਨਾਂ ਬਾਰੇ ਮਾਤਾ ਜੀ ਨੇ ਲਿਖਿਆ ਕਿ ਪੁੱਤਰ ਇਹਨਾਂ ਸਾਰਿਆਂ ਨੇ ਮੇਰੇ ਨਾਲ ਗਲਤ ਕੀਤਾ ਤੇ ਮੈਂ ਤੈਨੂੰ ਵਿਆਹਿਆ ਆਪਣੇ ਮਤਲਬ ਆਖਰੀ ਦਿਨ ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਤੈਨੂੰ ਤਿਆਰ ਕਰਕੇ ਤੇਰੀ ਜਿਹੜੀ ਜੰਝ ਜਿਹੜੀ ਹੈ ਬਰਾਤ ਜਿਹੜੀ ਹੈ ਮਤਲਬ ਜਿਹਨੂੰ ਕਹਿ ਸਕਦੇ ਆ ਲਹੂ ਦੀ ਬੜੀ ਬਈ ਲਹੂ ਦੇ ਨਾਲ ਭੜੀ ਬਰਾਤ ਜਿਹੜੀ ਉਹ ਟੋੜ ਕੇ ਤੈਨੂੰ ਵਿਧਿਆ ਕੀਤਾ ਤੇਰਾ ਸੇਰਾ ਸਜਾਇਆ ਤੇ ਸਰਕਾਰਾਂ ਦੇ ਹੱਥ ਕੀ ਆਇਆ ਭਈ ਇਹ ਨਹੀਂ ਮੈਨੂੰ ਸਮਝ ਆ ਰਹੀ ਕਿ ਸਰਕਾਰਾਂ ਨੇ ਇਹ ਕੰਮ ਕਿਉਂ ਕਰਵਾਇਆ ਤੇ ਕਾਹੇ ਤੋਂ ਕਰਵਾਇਆ ਬਾਕੀ ਭਈ ਗੱਲ ਕੀਤੀ ਜਾਂ ਤੇ ਮਾਤਾ ਜੀ ਅੱਜ ਦੇ ਦਿਨ ਜਿਹੜੀ ਉਹਨਾਂ ਦੀ ਪੋਸਟ ਲੱਗੀ ਉਹ ਤੋ ਵੇਖ ਕੇ ਲੱਗ ਰਿਹਾ ਕਿ ਮਾਤਾ ਜੀ ਐਸ ਟਾਈਮ ਦੁੱਖ ਦੇ ਵਿੱਚ ਨਡਾਲ ਨੇ ਭਈ ਤੇ ਬਾਈ ਸੱਚੀ ਗੱਲ ਆ ਜਿਵੇਂ ਮਾਤਾ ਜੀ ਰਾਂ ਲਿਖਿਆ ਹੋਇਆ ਹੈ ਬਾਈ ਸਿੱਧੂ ਮੂਸੇ ਵਾਲੇ ਬਾਰੇ ਕਿ ਵਾਕਈ ਗੱਲਾਂ ਸਾਰੀਆਂ 100% ਸੱਚੀ ਕਿਉਂਕਿ ਬਾਈ ਸਿੱਧੂ ਮੂਸੇ ਵਾਲਾ ਜਿਹੜਾ ਸੀ ਉਹ ਹਰ ਇੱਕ ਦੇ ਵਾਸਤੇ ਸੋਚ ਰੱਖਦਾ ਸੀ ਚੰਗੇ ਦੇ ਲਈ ਚੰਗਾ ਕਰਨਾ ਹੈ ਇਹਦੇ ਲਈ ਵੀ ਚੰਗਾ ਹੀ ਕਰਨਾ ਹੈ ਇਹਦੇ ਲਈ ਵੀ ਚੰਗਾ ਹੀ ਕਰਨਾ ਸਾਰ ਨੇ ਮਤਲਬ ਚੰਗੀ ਸੋਚ ਰੱਖਦੇ ਪਰ ਲੋਕਾਂ ਨੇ ਉਹਦੇ ਵਾਸਤੇ ਚੰਗੀ ਸੋਚ ਨਹੀਂ ਰੱਖੀ ਤਾਂ ਬਾਈ ਅਫਸੋਸ ਆ ਸਾਨੂੰ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਤੇਰੀ ਕਦਰ ਨਹੀਂ ਪਾਈ ਤੇ ਤੂੰ ਚਲਾ ਗਿਆ ਵੀਰੇ ਨਾ ਦੁਨੀਆ ਦੇ ਉੱਤੋਂ ਚੰਗਾ ਰਹਿ ਗਿਆ ਮੇਰਾ ਵੀਰਾ